ਬਠਿੰਡਾ ਪੁਲਿਸ ਦੇ ਵੱਲੋਂ ਤੜਕਸਾਰ ਆਪਰੇਸ਼ਨ ਕਾਸੋ ਚਲਾਇਆ ਗਿਆ, ਜਿਸ ਦੇ ਤਹਿਤ ਨਸ਼ਾ ਤਸਕਰਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਇਸ ਮੌਕੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਉਹ ਸੁਧਰ ਜਾਣ। ਇਹ ਤਸਵੀਰਾਂ ਬਠਿੰਡਾ ਤੋਂ ਸਾਹਮਣੇ ਆਈਆਂ ਨੇ, ਜਿੱਥੇ ਪੁਲਿਸ ਦੇ ਵੱਲੋਂ ਤੜਕੇ ਹੀ ਆਪਰੇਸ਼ਨ ਕਾਸੋ ਚਲਾਇਆ ਗਿਆ ਹੈ। ਘਰਾਂ ਦੇ ਵਿੱਚ ਜਾ ਕੇ ਤਲਾਸ਼ੀ ਲਈ ਗਈ ਹੈ ਅਤੇ ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਇਹ ਸਰਪ੍ਰਾਈਜ਼ ਚੈਕਿੰਗ ਹੈ ਤਾਂ ਜੋ ਵੱਧ ਤੋਂ ਵੱਧ ਰਿਕਵਰੀ ਹੋ ਸਕੇ। ਇਸ ਦੇ ਨਾਲ ਹੀ ਨਸ਼ਾ ਤਸਕਰਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਇਹਦੇ ਵੱਖ ਵੱਖ ਥਾਵਾਂ 'ਤੇ ਅੱਜ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ। ਇਹਦੇ ਵਿੱਚ ਕੋਡਨ ਐਂਡ ਸਰਚ ਕੀਤਾ ਜਾ ਰਿਹਾ ਬਠਿੰਡਾ ਪੁਲਿਸ ਵੱਲੋਂ। ਇੱਥੇ ਧੋਬੀਆਣਾ ਬਸਤੀ ਜੀ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਡਰੱਗਸ ਦੇ ਹੌਟਸਪੋਟ ਆ, ਉੱਥੇ ਉੱਥੇ ਜਿਹੜਾ ਹੈਗਾ ਇਹ ਜਿਹੜਾ ਕਾਸੋ ਆਪਰੇਸ਼ਨ ਆ ਉਹ ਗਸਟਡ ਅਫਸਰਾਂ ਦੀ ਜੇਰ ਨਿਗਰਾਨੀ ਕੀਤਾ ਜਾ ਰਿਹਾ। ਔਰ ਏ ਡੀ ਜੀ ਪੀ ਸਾਹਿਬ ਬਠਿੰਡਾ ਰੇਂਜ ਵੀ ਇਸ ਨੂੰ ਪਰਸਨਲੀ ਸੁਪਰਵਾਈਜ਼ ਕਰ ਰਹੇ ਆ। ਮੈਂ ਖੁਦ ਵੀ ਆਪ ਵੀ ਇਹਨੂੰ ਸਾਰਾ ਜਿਹੜਾ ਹੈਗਾ ਵਾ ਆਪਣੀ ਲੀਡਰਸ਼ਿਪ ਥੱਲੇ ਇਹ ਸਾਰੇ ਕਾਸੋ ਆਪਰੇਸ਼ਨ ਜਿਹੜੇ ਉਹ ਕਰਾਏ ਜਾ ਰਹੇ ਆ। ਔਰ ਇਹਦੇ ਵਿੱਚ ਜਿੰਨੇ ਵੀ ਹੌਟਸਪੋਟਸ ਨੇ ਜਿੱਥੇ ਜਿੱਥੇ ਡਰੱਗਸ ਜ਼ਿਆਦਾ ਵੇਖਦਾ ਸੀ ਜਾਂ ਜਿੱਥੇ ਜਿੱਥੇ ਵੀ ਡਰੱਗਸ ਰਿਲੇਟਡ, ਚਿੱਟੇ ਰਿਲੇਟਡ ਜਾਂ ਹੋਰ ਡਰੱਗਸ ਰਿਲੇਟਡ ਸ਼ਿਕਾਇਤਾਂ ਸੀਗੀਆਂ, ਉੱਥੇ ਜਿੰਨੇ ਵੀ ਹੈਗੇ ਉਹਨਾਂ ਨੂੰ ਉਹਨਾਂ ਘਰਾਂ ਦੀ ਤਸਦੀਕ ਕਰਕੇ ਔਰ ਉਹਨਾਂ 'ਤੇ ਜਿਹੜਾ ਹੈਗਾ ਇਹ ਮਤਲਬ ਸਰਪ੍ਰਾਈਜ਼ ਚੈਕਿੰਗ ਜਿਹੜੀ ਉਹ ਕੀਤੀ ਜਾ ਰਹੀ ਆ ਤਾਂ ਕਿ ਮੈਕਸੀਮਮ ਰਿਕਵਰੀਜ਼ ਕੀਤੀਆਂ ਜਾ ਸਕਣ। ਹੋਰ ਜਿੰਨੇ ਵੀ ਇਹਨਾਂ ਦੇ ਵਹੀਕਲਸ ਨੇ ਉਹਨਾਂ ਨੂੰ ਕਾਊਂਟ ਫੋਰ ਕੀਤਾ ਜਾ ਸਕੇ, ਵੇਖਿਆ ਜਾ ਸਕੇ ਵੀ ਇਹ ਸਾਰੇ ਵਹੀਕਲਸ ਜਿਹੜੇ ਹੈਗੇ ਆ ਇਹ ਜਾਇਜ਼ ਆ ਜਾਂ ਨਜਾਇਜ਼ ਨੇ, ਉਹਨਾਂ ਦੀ ਵੀ ਤਸਦੀਕ ਕੀਤੀ ਜਾਊਗੀ। ਔਰ ਇਹ ਆਪਰੇਸ਼ਨ ਸਾਡਾ ਜਿਹੜਾ ਹੈ ਅੱਜ ਉੱਥੇ ਨਰਸਿੰਘ ਕਲੋਨੀ ਥਾਣਾ ਸੰਗਤ 'ਚ ਵੀ ਚੱਲ ਰਿਹਾ ਔਰ ਇਸ ਤੋਂ ਬਾਅਦ ਦੋ ਤਿੰਨ ਹੋਰ ਹੌਟਸਪੋਟਸ ਜਿਹੜੇ ਡਿਸਟ੍ਰਿਕਟਸ ਦੇ ਹੈਗੇ ਆ ਉੱਥੇ ਸਾਰਾ ਦਿਨ ਜਿਹੜਾ ਹੈਗਾ ਇਹ ਕਾਸੋ ਆਪਰੇਸ਼ਨ ਚਲਾਇਆ ਜਾਏਗਾ।